ਚੜ੍ਹਦੀ ਕਲਾ ਟਾਈਮ ਟੀਵੀ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਦ ਕੈਨੇਡਾ ਐਕਸਪ੍ਰੈਸ ਦੇ ਵਿੱਚ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹੋਏ ਹਾਂ ਤਰੋ ਤਾਜ਼ਾ ਖਬਰਾਂ, ਨਵੀਆਂ ਅਪਡੇਟਸ ਕੈਨੇਡੀਅਨ ਇਮੀਗ੍ਰੇਸ਼ਨ, ਕੈਨੇਡਾ ਵੀਜ਼ਾ ਸਿਸਟਮ ਬਾਰੇ। ਪਰ ਅੱਜ ਦੀ ਜਿਹੜੀ ਬ੍ਰੇਕਿੰਗ ਨਿਊਜ਼ ਹੈ, ਅੱਜ ਦੀ ਬ੍ਰੇਕਿੰਗ ਨਿਊਜ਼ ਹੈ ਕਿ ਏਅਰ ਕੈਨੇਡਾ ਵੱਲੋਂ 25% ਆਪਣਾ ਸਟਾਫ ਘਟਾਇਆ ਜਾ ਰਿਹਾ ਹੈ। ਤਕਰੀਬਨ 1700 ਤੋਂ 1800 ਨੌਕਰੀਆਂ ਜਿਹੜੀਆਂ ਹਨ ਉਹ ਏਅਰ ਕੈਨੇਡਾ ਦੀਆਂ ਪ੍ਰਭਾਵਿਤ ਹੋਣਗੀਆਂ। ਇਹ ਅੱਜ ਦੀ ਬੜੀ ਵੱਡੀ ਖਬਰ ਹੈ। ਪਰ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਤੇ ਵੀਜ਼ਾ ਨਾਲ ਸੰਬੰਧਿਤ ਖਬਰਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਸਰਦਾਰ ਸੰਦੀਪ ਸਿੰਘ ਜੀ, ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ। ਨਿੱਘਾ ਸਵਾਗਤ ਹੈ ਸਰਦਾਰ ਸੰਦੀਪ ਸਿੰਘ ਜੀ, ਤੇ ਅੱਜ ਦੀਆਂ ਤਾਜ਼ਾ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ, ਜਿਵੇਂ ਅਸੀਂ ਰੋਜ਼ ਹੀ ਤੁਹਾਡੇ ਸਨਮੁਖ ਹੋਈ ਦੀਆਂ, ਸਭ ਤੋਂ ਵੱਡੀ ਖਬਰ ਹੈ ਕਿ 1999 ਤੋਂ ਲੈ ਕੇ ਜਿਹੜੀ ਇਮੀਗ੍ਰੇਸ਼ਨ ਦੀ ਗਿਣਤੀ ਆ ਉਸ ਲਗਾਤਾਰ ਵੱਧਦੀ ਗਈ ਆ, ਤੇ ਉਹ ਗ੍ਰਾਫ ਹਮੇਸ਼ਾ ਉੱਪਰ ਜਾਂਦਾ ਰਿਹਾ ਆ। ਪਰ ਸੰਨ 2020 ਦੇ ਵਿੱਚ ਪੈਂਡਮਿਕ ਕਰਕੇ, ਕੋਵਿਡ ਕਰਕੇ, ਇਹ ਗਿਣਤੀ ਸਿੰਸ 1999 ਨੀਚੇ ਆਈ ਹੈਗੀ ਆ। ਹਰੇਕ ਹਫ਼ਤਾ ਮਹੀਨੇ ਜਿਹੜੀ ਗਿਣਤੀ ਸੀਗੀ ਕੈਨੇਡਾ ਦੇ ਵਿੱਚ ਲੋਕਾਂ ਦੇ ਆਉਣ ਦੀ, ਉਹ ਤਕਰੀਬਨ 25,000 ਤੋਂ 35,000 ਬੰਦਿਆਂ ਦੀ ਮੰਨੀ ਜਾਂਦੀ ਆ। ਬਟ ਪਿਛਲੇ ਕੁਛ ਕੁ ਮਹੀਨਿਆਂ ਤੋਂ ਡਿਊਰਿੰਗ ਪੈਂਡੇਮਿਕ ਇਹ ਗਿਣਤੀ ਐਵਰੇਜ 15,000 ਬੰਦੇ ਪਰ ਮੰਥ ਕੈਨੇਡਾ 'ਚ ਆ ਰਹੇ ਨੇ। ਸੋ ਸਿੰਸ 1999 ਇਹ ਕਿਹਾ ਜਾ ਸਕਦਾ ਹੈ ਕਿ 2020 ਦੀ ਗਿਣਤੀ ਇਮੀਗ੍ਰੈਂਟਸ ਦੀ ਇਨਟੇਕ ਦੀ ਸਭ ਤੋਂ ਘੱਟ ਰਹੀ ਆ। ਸੋ 2020 ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਨੰਬਰਸ ਨੇ ਉਹ 1999 ਦੇ ਕੰਪੈਰੇਟਿਵ ਦੇ ਲਈ ਨੀਚੇ ਜਾ ਚੁੱਕੇ ਨੇ। ਪਿਛਲੇ ਲੰਬੇ ਸਮੇਂ ਤੋਂ ਇਹ ਟਾਰਗੇਟਸ ਉੱਪਰ ਹੀ ਜਾ ਰਹੇ ਸਨ, ਇਹ ਨੰਬਰਸ ਲਗਾਤਾਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਉੱਪਰ ਜਾ ਰਹੇ ਸਨ। 2020 ਇਮੀਗ੍ਰੇਸ਼ਨ ਵਾਸਤੇ ਵਧੀਆ ਨਹੀਂ ਸੀ ਜੀ। ਅਗਲੀ ਖਬਰ ਜੀ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੈਂਡੇਮਿਕ ਦੇ ਦੌਰਾਨ ਕੈਨੇਡਾ ਦੇ ਵਿੱਚ ਇਕਨੋਮਿਕਲ ਲਾਸ ਜਿਹੜਾ ਹੋਇਆ ਆ, ਜਿਵੇਂ ਬਾਕੀ ਦੁਨੀਆ 'ਚ ਵੀ ਹੋਇਆ, ਉਸ ਇਕਨੋਮਿਕਲ ਲਾਸ ਤੋਂ ਬਾਹਰ ਨਿਕਲਣ ਵਾਸਤੇ ਹਰੇਕ ਪ੍ਰੋਵਿੰਸ ਕੈਨੇਡਾ ਦੇ ਕੋਈ ਨਾ ਕੋਈ ਐਕਸਪੈਰੀਮੈਂਟਸ, ਕੋਈ ਨਾ ਕੋਈ ਅਨਾਊਂਸਮੈਂਟਸ ਕਰ ਰਹੀਆਂ ਨੇ। ਅੱਜ ਦੀ ਜਿਹੜੀ ਖਾਸ ਅਨਾਊਂਸਮੈਂਟ ਆ ਉਹ ਮੈਨੀਟੋਬਾ ਗਵਰਨਮੈਂਟ ਤੋਂ ਕੀਤੀ ਗਈ ਆ, ਜਿਸ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਜੋ ਕਿ ਇਮੀਗ੍ਰੇਸ਼ਨ ਨੂੰ ਬੂਸਟ ਕਰੂਗਾ। ਮੈਨੀਟੋਬਾ ਦੇ ਪ੍ਰੀਮੀਅਰ ਬ੍ਰੈਨ ਪੈਲੇਸਟਰ ਨੇ ਆਪ ਇਹ ਅਨਾਊਂਸਮੈਂਟ ਕੀਤੀ ਕਿ ਅਸੀਂ ਇਮੀਗ੍ਰੇਸ਼ਨ ਨੂੰ ਮੈਨੀਟੋਬਾ 'ਚ ਬੂਸਟ ਕਰਨ ਵਾਸਤੇ ਇਹ ਡਿਪਾਰਟਮੈਂਟ ਬਣਾ ਰਹੇ ਹਾਂ, ਜਿਹਦੇ ਨਾਲ ਇਸ ਪ੍ਰੋਵਿੰਸ ਦੇ ਵਿੱਚ ਇਮੀਗ੍ਰੇਸ਼ਨ ਅਤੇ ਜੌਬ ਸਕਿੱਲ ਵੀ ਵਧੇਗਾ। ਬਹੁਤ ਅੱਛੀ ਖਬਰ ਆਈ ਹੈ ਜੀ। ਇਹਦਾ ਮਤਲਬ ਇੱਕ ਹੋਰ ਐਵੇਨਿਊ ਜਿਹੜਾ ਹੈ ਉਹ ਖੁੱਲ ਗਿਆ ਹੈ, ਜਿਹੜਾ ਕੈਨੇਡਾ ਮਾਈਗ੍ਰੇਟ ਕਰਨਾ ਚਾਹੁੰਦੇ ਹਨ। ਮੈਨੀਟੋਬਾ ਪਹਿਲੇ ਵੀ ਪਾਇਨੀਅਰ ਕਰਦਾ ਸੀ, ਨਵੀਆਂ ਨਵੀਆਂ ਸਕੀਮਾਂ ਲੈ ਕੇ ਆਉਂਦਾ ਸੀ ਵੀ ਇੱਥੇ ਲੋਕ ਆ ਕੇ ਸੈਟਲ ਹੋਣ, ਤੇ ਇੱਕ ਸਪੈਸ਼ਲ ਡਿਪਾਰਟਮੈਂਟ ਜਿਹੜਾ ਉਹ ਮੈਨੀਟੋਬਾ ਗਵਰਨਮੈਂਟ ਨੇ ਖੋਲਿਆ ਹੈ ਇਮੀਗ੍ਰੇਸ਼ਨ ਨੂੰ ਬੂਸਟ ਕਰਨ ਲਈ। ਅਗਲੀ ਖਬਰ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਦੇ ਨਾਲ ਗੱਲਬਾਤ ਕੀਤੀ, ਇੱਕ ਮੈਂਡੇਟ ਲੈਟਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਪ੍ਰਾਇਓਰਟਾਈਜ਼ ਕਰਨ ਲਈ ਗੱਲ ਕੀਤੀ ਕਿ ਇਹ ਜਿਹੜਾ ਪੈਂਡੇਮਿਕ ਆ ਇਸ ਦੇ ਵਿੱਚ ਜਿਵੇਂ ਹੀ ਇਹ ਪੈਂਡੇਮਿਕ ਖਤਮ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਜਿਵੇਂ ਪਹਿਲਾਂ ਨਿਊ ਕਮਰਸ ਨੂੰ ਵੈਲਕਮ ਕਰਦਾ ਉਸੇ ਤਰੀਕੇ ਨਾਲ ਵੈਲਕਮ ਕਰਦਾ ਰਹੇਗਾ, ਪਾਇਲਟ ਪ੍ਰੋਗਰਾਮਸ ਨੂੰ ਐਕਸਪੈਂਡ ਕਰੇ, ਰਿਫਿਊਜੀਜ਼ ਨੂੰ ਥਰੂ ਇਕਨੋਮਿਕ ਇਮੀਗ੍ਰੇਸ਼ਨ ਸਟ੍ਰੀਮਸ ਵਧਾਵੇ, ਨਾਲ ਹੀ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਵੀ ਕੰਮ ਕਰੇ। ਸੋ ਕੈਨੇਡਾ ਦੀ ਸਰਕਾਰ ਵੱਲੋਂ ਇਹ ਸਾਫ਼ ਤੇ ਸਪਸ਼ਟ ਕਰ ਦਿੱਤਾ ਗਿਆ ਆ ਕਿ ਜਿਹੜਾ ਅਗਲੇ 3 ਸਾਲ ਦਾ ਟਾਰਗੇਟ ਆ 1.2 ਮਿਲੀਅਨ ਲੋਕਾਂ ਨੂੰ ਕੈਨੇਡਾ ਦੇ ਵਿੱਚ ਸੈਟਲ ਕਰਵਾਉਣ ਦਾ, ਉਹਦੇ ਲਈ ਕੈਨੇਡਾ ਬਿਲਕੁਲ ਤਿਆਰ ਆ। ਅੱਜ ਦੀ ਜਿਹੜੀ ਚਿੱਠੀ ਆ ਜਸਟਿਨ ਟਰੂਡੋ ਦੀ ਇਮੀਗ੍ਰੇਸ਼ਨ ਮਿਨਿਸਟਰ ਨੂੰ, ਇਹ ਵੀ ਉਸ ਪਾਸੇ ਨੂੰ ਇਸ਼ਾਰਾ ਕਰ ਰਹੀ ਹੈ। ਬਹੁਤ ਅੱਛਾ ਜੀ, ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਅਗਲੇ 3 ਸਾਲਾਂ 'ਚ ਬੜੇ ਭਾਰੀ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹੋਣੀ ਹੈ। ਲੋਕਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਹੈ ਕਿ ਉਹ ਵੱਧ ਤੋਂ ਵੱਧ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਵਿਖੇ ਆਉਣ, ਤੇ ਜਿਹੜੇ ਲੋਕੀ ਚਾਹਵਾਨ ਨੇ ਇਮੀਗ੍ਰੇਸ਼ਨ ਲੈਣ ਲਈ ਉਹ ਸਾਡੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹਨ। ਕੋਈ ਇਨਕੁਆਇਰੀ ਲੈਣੀ ਹੈ ਸਾਡੀ ਈਮੇਲ ਆਈ ਡੀ ਹੈ info@cktimetv.com, ਉਸ 'ਤੇ ਈਮੇਲ ਕਰਕੇ ਆਪਣੇ ਸਵਾਲ ਪੁੱਛ ਸਕਦੇ ਹਨ। ਅਤੇ ਜਿਵੇਂ ਮੈਂ ਪਹਿਲੇ ਪ੍ਰੋਗਰਾਮਾਂ 'ਚ ਦੱਸਿਆ ਕਿ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਗੌਰਮੈਂਟ ਆਫ ਕੈਨੇਡਾ ਵੱਲੋਂ
ਮਾਨਤਾ ਪ੍ਰਾਪਤ ਆਈਸੀਸੀ ਆਰਸੀ ਸਰਟੀਫਾਈਡ ਹੈ ਅਤੇ ਜੋ ਵੀ ਸੰਸਾਰ ਭਰ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦਾ ਇਹ ਪ੍ਰੋਗਰਾਮ ਦੇਖ ਰਿਹਾ ਹੈ ਆਪ ਜੀ ਸਰਦਾਰ ਸੰਦੀਪ ਸਿੰਘ ਜੀ ਨੂੰ ਸਕਰੀਨ ਦੇ ਉੱਤੇ ਦਿੱਤੇ ਜਾ ਰਹੇ ਨੰਬਰ ਤੇ ਈਮੇਲ ਆਈਡੀਜ਼ ਰਾਹੀਂ ਸੰਪਰਕ ਕਰ ਸਕਦੇ ਹੋ ਤੇ ਆਪ ਜੀ ਦਾ ਅਗਰ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈ ਉਸ ਬਾਰੇ ਵੀ ਆਪ ਜੀ ਸਾਨੂੰ ਈਮੇਲ ਲਿਖ ਸਕਦੇ ਹੋ ਤੇ ਇੱਥੇ ਸਟੂਡੈਂਟਸ ਲਈ ਜਿਹੜਾ ਸਾਡਾ ਹਮੇਸ਼ਾ ਤਵੱਜੋ ਰਹਿੰਦੀ ਹੈ ਕਿ ਅਸੀਂ ਉਹਨਾਂ ਦੀਆਂ ਕੁਐਰੀਜ਼ ਦਾ ਹੱਲ ਜ਼ਰੂਰ ਦਈਏ ਸਟੂਡੈਂਟਸ ਇਹ ਜ਼ਰੂਰ ਪੁੱਛਦੇ ਨੇ ਤੇ ਉਹਨਾਂ ਨੇ ਜਿਹੜਾ ਹੈ ਆਈਲੈਟਸ ਦੀ ਡੇਟ ਨਹੀਂ ਮਿਲ ਰਹੀ ਜਾਂ ਆਈਲੈਟਸ ਤੋਂ ਇਲਾਵਾ ਜਿਨ੍ਹਾਂ ਨੇ ਪੀ ਟੀ ਈ ਦਿੱਤਾ ਹੋਇਆ ਜਾਂ ਟੋਫਲ ਦਿੱਤਾ ਹੋਇਆ ਜਾਂ ਸੈਲ ਪਿਪ ਦਿੱਤਾ ਹੋਇਆ ਉਹ ਕੀ ਕੈਨੇਡੀਅਨ ਕਾਲਜਿਸ ਦੇ ਵਿੱਚ ਦਾਖਲਾ ਲੈ ਸਕਦੇ ਹਨ ਤੇ ਨਹੀਂ ਸਰਦਾਰ ਸੰਦੀਪ ਸਿੰਘ ਜੀ ਬਿਲਕੁਲ ਬਹੁਤ ਵਧੀਆ ਸਵਾਲ ਆ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਸਟੱਡੀ ਸਿਸਟਮ ਦੇ ਉੱਤੇ ਦੋ ਸਿਸਟਮਸ ਨੇ ਇੱਕ SDS ਤੇ ਇੱਕ ਨਾਨ SDS SDS ਸਿਸਟਮ ਦੇ ਵਿੱਚ ਜਿਹੜੇ ਸਟੂਡੈਂਟਸ ਆਉਂਦੇ ਨੇ ਉਹ SDS ਇੰਸਟੀਟਿਊਸ਼ਨ ਚ ਐਡਮਿਸ਼ਨਸ ਲੈਂਦੇ ਨੇ ਦੋ ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਆ ਨਾਨ SDS ਦੇ ਵਿੱਚ ਵੀ ਉਹ SDS ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਸਿਰਫ ਜਿਹੜਾ ਸਕਸੈਸ ਰੇਟ ਆ ਉਹ SDS ਦਾ ਜ਼ਿਆਦਾ ਹੈ ਨਾਨ SDS ਦਾ ਘੱਟ ਆ ਪਰ IELTS ਜਿਹੜਾ ਆ ਉਹ ਸਿਰਫ ਤੇ ਸਿਰਫ SDS ਲਈ ਵੈਲਿਡ ਆ ਅਗਰ ਤੁਸੀਂ ਕੋਈ ਵੀ ਹੋਰ ਟੈਸਟ ਕਰਦੇ ਹੈਗੇ ਹੋ ਭਾਵੇਂ ਉਹ ਸੈਲ ਪਿਪ ਹੋਵੇ ਭਾਵੇਂ ਉਹ PTE ਹੋਵੇ ਉਹ ਸਾਰੇ ਜਿਹੜੇ ਟੈਸਟ ਨੇ ਉਹ ਨਾਨ SDS ਲਈ ਐਕਸੈਪਟੇਬਲ ਨੇ ਉਹ ਨਾਨ SDS ਦੇ ਵਿੱਚ ਲਗਾਏ ਜਾ ਸਕਦੇ ਨੇ ਅਤੇ ਉਸਦੇ ਨਾਲ ਤੁਸੀਂ ਆਪਣਾ ਸਟੱਡੀ ਪਰਮਿਟ ਲਗਾ ਸਕਦੇ ਹੋ ਬਟ ਇੱਥੇ ਇਹ ਦੱਸਣਾ ਜ਼ਰੂਰੀ ਆ ਕਿ ਨਾਨ SDS ਦਾ ਸਕਸੈਸ ਰੇਟ ਘੱਟ ਹੋਣ ਕਰਕੇ ਹਰੇਕ ਬੰਦੇ ਦੀ ਜਿਹੜੀ ਕੋਸ਼ਿਸ਼ ਆ ਉਹ SDS ਦੇ ਵਿੱਚ ਫਾਈਲ ਲਾਉਣ ਦੀ ਹੁੰਦੀ ਆ ਪਰ ਇਹ ਸਟੂਡੈਂਟਸ ਲਈ ਫਿਰ ਵੀ ਖੁਸ਼ਖਬਰੀ ਹੈ ਵੀ ਜਿਹਨਾਂ ਨੂੰ SDS ਦੇ ਕਾਲਜਾਂ ਵਿੱਚ ਦਾਖਲਾ ਨਹੀਂ ਮਿਲਦਾ ਉਹ ਨਾਨ SDS ਦੇ ਵਿੱਚ ਅਗਰ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਹ PTE ਜਾਂ ਹੋਰ ਜਿਹੜੇ ਅੰਗਰੇਜ਼ੀ ਦੇ ਟੈਸਟ ਨੇ ਸੈਲ ਪਿਪ ਵਗੈਰਾ ਦੇ ਕੇ ਉਹ ਨਾਲ ਦਾਖਲਾ ਲੈ ਸਕਦੇ ਹਨ ਇੱਕ ਖਬਰ ਸਾਡੇ ਤੋਂ ਮਿਸ ਆਊਟ ਹੋ ਗਈ ਸੀ ਜੀ ਵੈਨਕੂਵਰ ਦੀ ਸੰਦੀਪ ਜੀ ਉਹ ਵੀ ਫਟਾਫਟ ਦਰਸ਼ਕਾਂ ਨਾਲ ਸਾਂਝਾ ਕਰ ਲਵੋ ਸੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਪਾਇਨੀਅਰ ਕਰਦਾ ਕੈਨੇਡਾ ਦਾ ਜਿਹੜਾ ਬੁਨਿਆਦੀ ਢਾਂਚਾ ਆ ਉਹ ਹਮੇਸ਼ਾ ਹਿਊਮਨ ਰਾਈਟਸ ਦੀ ਆਵਾਜ਼ ਚੱਕਣ ਦੇ ਵਿੱਚ ਵਿਸ਼ਵਾਸ ਰੱਖਦਾ ਆ ਅੱਜ NDP ਪਾਰਟੀ ਜਗਮੀਤ ਸਿੰਘ ਹੋਣਾ ਦੀ ਪਾਰਟੀ ਦੇ MP ਜੈਨੀ ਕਵੈਨ ਨੇ ਆਟਵਾ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਹਾਂਗਕਾਂਗ ਦੇ ਵਿੱਚ ਕ੍ਰੈਕਡਾਊਨ ਹੋ ਰਿਹਾ ਆ ਉਹਦੇ ਵਾਸਤੇ ਕੈਨੇਡਾ ਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਅਤੇ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਲੋਕਾਂ ਵਾਸਤੇ ਬਣਾਉਣੀਆਂ ਚਾਹੀਦੀਆਂ ਨੇ ਜਿਹੜੇ ਇਸ ਟਾਈਮ ਮੁਸ਼ਕਿਲ ਦੇ ਵਿੱਚ ਨੇ ਬਹੁਤ ਖੂਬ ਜੀ ਬਹੁਤ ਖੂਬ ਅੱਗੇ ਵੀ ਕੈਨੇਡਾ ਬਾਰ ਬਾਰ ਅੱਗੇ ਆਇਆ ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਜਿਹੜੇ ਅਸਾਈਲਮ ਦੇਣ ਦੀ ਗੱਲ ਆਈ ਹੈ ਤੇ ਲੋਕਾਂ ਨੂੰ ਸ਼ਰਨ ਦੇਣ ਦੀ ਗੱਲ ਆਈ ਹੈ ਅੱਜ ਦੀਆਂ ਖਬਰਾਂ ਇਤਨੀਆਂ ਹੀ ਲਿਖਣਾ ਨਾ ਭੁੱਲੋ ਭੁੱਲਿਓ ਸਾਨੂੰ ਫੀਡਬੈਕ ਦੇਣਾ ਨਾ ਭੁੱਲਿਓ ਸਾਡੇ ਈਮੇਲ ID ਸਕਰੀਨ ਤੇ ਚੱਲ ਰਹੇ ਹਨ info@cktimetv.com ਜ਼ਰੂਰ ਆਪਣੇ ਸਵਾਲ ਪੁੱਛੋ ਤੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਕੱਲ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਨਵੀਆਂ ਅਪਡੇਟਸ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਦ ਕੈਨੇਡਾ ਐਕਸਪ੍ਰੈਸ ਦੇ ਵਿੱਚ ਸਤਿ ਸ਼੍ਰੀ ਅਕਾਲ